ਕਿੰਨੇ ਇੰਚ ਆ ਗਿਆ? ਥੋੜ੍ਹਾ ਜਿਹਾ ਪੱਲੇ ਬਸ ਜਾਏ। ਕਿੰਨੇ ਇੰਚ? ਸਾਢੇ ਚਾਰ। ਚੁਰੰਜਾ ਇੰਚ। ਚੁਰੰਜਾ ਇੰਚ ਸੈਂਟਰੀ ਹੁੰਦਾ ਹੈ। ਥੋੜ੍ਹਾ ਜਿਹਾ ਇੱਧਰ ਹੋਏਗਾ, ਥੋੜ੍ਹਾ ਜਿਹਾ ਇੱਧਰ ਕਰਨਾ। ਜਦੋਂ ਸੁਰਾਖ ਉੱਤੇ ਸੁਰਾਖ ਪੂਰੀ ਹੋਣ ਤੇਰੀ। ਤਰੀਏ ਤਾਂ ਆ ਗਈ, ਕਰ ਲੈ ਜਿਹੜੀ ਮਾਈਏ ਤਾਂ ਆ ਗਈ। ਉੱਤੇ ਵੀ ਚੈੱਕ ਕਰ ਲਓ ਕਿੰਨੇ ਕਿੰਨੀ ਆ ਉੱਤੇ। ਕਿੰਨੀ ਹੈ? ਕਿੰਨੀ? ਕੋਈ ਗੱਲ ਨੀ, ਸਜੇ ਬਰਾਬਰ ਮਾਲ ਪਾ ਦੇ। ਥੋੜ੍ਹਾ ਥੋੜ੍ਹਾ ਜੋ ਕਿਲੋ ਬਿਹਤਰ ਯਾਰ, ਥੱਲੇ ਲੈਵਲ ਦੇ ਵੀ ਤਾਂ ਥੋੜ੍ਹਾ ਮੋਟਾ ਮਾਲ ਆਉਣਾ ਹੀ ਹੈ ਨਾ। ਉਹ ਤਾਂ ਉੱਤੇ ਥੱਲੇ ਹੋ ਜਾਣਾ। ਸਰੀਰ ਦੇ ਬਰਾਬਰ ਮਾਲ ਦੇਈ, ਚੈੱਕ ਵਾਸਤੇ ਜਗ੍ਹਾ ਮਿਲਣੀ ਚਾਹੀਦੀ। ਇੰਚ ਅੱਧੀ ਨਹੀਂ ਵੇਖੀ ਹੁੰਦਾ ਥੱਲੇ ਮਾਲ ਹੀ ਦੇ ਦਾ ਆ ਜਾਂਦਾ ਹੈ। ਇੰਚ ਚਾਹੀਦੀ ਸਾਨੂੰ ਪੂਰੀ ਪੂਰੀ। 55 ਤੇ ਹੋ ਗਈ। ਲਾਗੇ ਦੇ ਨਾਲ ਹੀ ਬਸ ਠੀਕ ਹੋ ਗਿਆ। ਠੀਕ ਹੈ, ਇਹ ਤੂੰ ਡਾਈਟ ਕਰ ਲੈ, ਇਹ ਉਸੇ ਐਂਗਲ ਨਾਲ ਨਹੀਂ ਕਰਨਾ, ਥੱਲੇ ਵਾਲੀ ਦੀਵਾਰ ਤੂੰ ਕਰਨੀ ਹੈ ਇੱਥੋਂ। ਹਾਂ ਠੀਕ ਹੈ, 3 ਇੰਚ ਠੀਕ ਹੈ। ਇਹ ਤੈਨੂੰ ਧਾਗਾ ਰੱਖ ਲੈ ਤੋੜ, ਤੇਰੀ ਆਹ ਪੂਰੀ ਪਮੈਸ਼ ਹੋ ਜਾਏਗੀ ਸਾਰੀ ਜਿੱਥੋਂ ਦੀ ਕਮੀ ਹੈ। ਪੈਰ ਕਰਕੇ ਧਾਗਾ ਰੱਖ ਲਓ, ਉਹਦੀ ਕੋਈ ਕਮੀ ਇਹ ਉੱਤੇ ਵੀ ਤਾਂ ਕਰ ਲੈਂਦੇ, ਧਾਗਾ ਬੰਨਦੇ ਨੇ ਤਾਂ ਕਿ ਲੈਵਲ ਉੱਤੇ ਦਾ ਵੀ ਚੈੱਕ ਹੋ ਜਾਂਦਾ। ਠੀਕ ਹੈ, ਲੈਵਲ ਚੈੱਕ ਕਰ ਲੈਂਦੇ ਨਾ। ਉਤਲਾ ਤਾਂ ਉਹਦੇ ਨਾਲ ਉਹ ਕਰ ਹੀ ਲਵੋ ਨਾ, ਕਰ ਹੀ ਲਵੋ। ਤੇਰੇ 2.5 ਇੰਚ ਆਣੇ ਹੀ ਫੜ ਗਿਆ। ਤੇ ਕਿਹਦਾ ਫੜ ਗਿਆ? ਉਹ ਸਾਗਾ ਦੇ ਨਹੀਂ ਆਇਆ। ਆਉ ਕਿੰਨਾ ਆ ਰਿਹਾ? ਹਾਂ ਉਹ ਤਾਂ ਦੱਸਣਾ ਡਾਈ ਦਿੱਤੀ ਹੈ। ਹੈਂ ਆਹੋ ਕਿ ਗਾਟੇ ਤੂੰ ਰੱਖਿਆ ਥਲੇ ਤੂੰ ਯਾਰ ਕਾ ਚੈੱਕ ਕਰ। ਥੱਲੇ ਇੱਟਾਂ ਰੱਖ ਕੇ ਨਾ ਫਿਰ ਦੁਬਾਰਾ ਇੱਕ ਵਾਰੀ ਲੈਵਲ ਚੈੱਕ ਕਰ ਲੋ। ਇਹ 2 ਲੈਵਲ ਹੋਣਗੇ ਤੇ ਦਰਮਿਆਨ ਵਾਲੇ ਲੈਵਲ ਹੋਣਗੇ। ਯਾਰ ਦੋਵੇਂ ਬਰਾਬਰ ਟਾਇਆ ਕਰੋ ਸਰੀਏ। ਆ ਪਲੇਅਰ ਨੂੰ ਦਰਮਿਆਨ ਦੋ ਸਰੀਆਂ ਦੇ ਕਰੋ ਨਾ, ਇੱਕ ਪਾਸੋਂ ਜ਼ਿਆਦਾ ਇੱਕ ਪਾਸੋਂ ਥੋੜ੍ਹੀ ਇੱਕ ਪਾਸੋਂ ਉਧਰੀ ਜਾਂਦੀ। ਪਲੇਅਰ ਥੋੜ੍ਹੀ ਅੱਗੇ ਪਿੱਛੇ ਕਰ ਕੇ ਬਰਾਬਰ ਕਰੋ ਦੋਵਾਂ ਸਰੀਆਂ ਦੇ। ਇਹ ਪਲੇਟ ਪਲੇਟ ਥੋੜ੍ਹੀ ਅੱਗੇ ਪਿੱਛੇ ਕਰੋ ਯਾਰ, ਪਲੇਟ ਦਾ ਮੈਚ ਫਿਰ ਕਰ ਲਈ, ਇਹਨੂੰ ਦਰਮਿਆਨ 'ਚ ਰੱਖੇਗਾ ਤੇਰਾ ਫਰਕ ਨਹੀਂ ਆਏਗਾ। ਆ ਪਲੇਟ ਦਾ ਉਹਦਾ ਪਾਸ ਉੱਧਰ ਗਿਆ, ਸਿਰਫ ਫਿਰ ਤਾਂ ਗੱਲ ਤੋਂ ਉੱਧਰ ਜਾਂਦਾ।
ਟੀ ਪੂਰਾ ਹੋ ਗਿਆ ਹੁਣ ਇਧਰੋਂ ਵੀ ਨਾਪ ਲਓ ਕਿੰਨੇ